ਇੰਗਲੈਂਡ ਵਾਲੇ ਆ ਵੀਡੀਓ ਨੂੰ ਬੜਾ ਧਿਆਨ ਨਾਲ ਵੇਖਣ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣੀ ਚਾਹੁੰਦਾ, ਵੀਡੀਓ ਮਾੜੀ ਜੀ ਦੇਖੋ ਅੱਖਾਂ ਪਾੜ ਕੇ। ਮੈਨੂੰ 6 ਮਹੀਨੇ ਹੋਏ ਆ ਇੱਥੇ ਆਈ ਨੂੰ, ਮੈਂ ਪੰਜਾਬ ਤੋਂ ਆ ਤੇ ਮੈਂ ਹਫ਼ਤਾ ਕੁ ਘਰੇ ਰਹੀ ਸੀ, ਫਿਰ ਮੈਂ ਚਾਏ ਵਾਲਿਆਂ ਦੇ ਜੋਬ ਅਪਲਾਈ ਕੀਤੀ। ਪਾਕਿਸਤਾਨੀ ਸੀਗੇ ਉਹ, ਹੌਲੀ ਹੌਲੀ ਹਫ਼ਤਾ ਕੁ ਉੱਥੇ ਕੰਮ ਮੈਂ ਕੀਤਾ ਤੇ ਫਿਰ ਉਹ ਬਾਅਦ ਵਿੱਚ ਸਾਨੂੰ ਕਹਿੰਦੇ ਕਿ ਤੁਸੀਂ ਸ਼ੀਸ਼ੇ ਬਾਰ 'ਚ ਵੀ ਸ਼ਾਮ ਨੂੰ ਕੰਮ ਕਰੋ। ਫਿਰ ਸਾਡੀ ਮਜਬੂਰੀ ਸੀਗੀ, ਸਾਨੂੰ ਸ਼ੀਸ਼ੇ ਬਾਰ 'ਚ ਵੀ ਸ਼ਾਮ ਨੂੰ ਕੰਮ ਕਰਨਾ ਪਿਆ। ਫਿਰ ਹੌਲੀ ਹੌਲੀ ਉਹ ਇੱਦਾਂ ਹੀ ਹੋਰ ਵੱਧ ਗਏ, ਕਹਿੰਦੇ ਕਿ ਤੁਸੀਂ ਇੱਦਾਂ ਗਲਤ ਕੰਮ ਕਰੋ, ਪੈਸਾ ਕਮਾਓ। ਤੇ ਫਿਰ ਅਸੀਂ ਮਤਲਬ 6-7 ਮਹੀਨੇ ਮੈਂ ਬਹੁਤ ਔਖੇ ਕੱਢੇ ਇੱਥੇ। ਮੈਂ ਇਕੱਲੀ ਨਹੀਂ ਆ ਇਸ ਦਲਦਲ 'ਚ, ਸਾਡੇ ਸਿੱਖਾਂ ਦੀਆਂ ਕਾਫੀ ਕੁੜੀਆਂ ਇਸ ਚੀਜ਼ਾਂ 'ਚ ਪਈਆਂ ਹੋਈਆਂ ਵਾਂ। ਤੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਇਹ ਸਾਰੀਆਂ ਸਿੱਖਾਂ ਦੀ ਕੁੜੀਆਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਿਆ ਜਾਵੇ। ਹਾਂਜੀ, ਆ ਵੀਡੀਓ ਦੇਖ ਲਈ। ਮੈਂ 3 ਸਾਲਾਂ ਤੋਂ ਚੀਕ ਚੀਕ ਕੇ ਕਹਿੰਦਾ ਸੀ ਕਿ ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਇੱਥੇ, ਕੁੜੀਆਂ ਨੂੰ ਗਲਤ ਪਾਸੇ ਲੈ ਕੇ ਜਾਇਆ ਜਾਂਦਾ, ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ। ਕਿਵੇਂ ਉਠਾਇਆ ਜਾਂਦਾ? ਜਦੋਂ ਸ਼ੋਪਾਂ ਵਾਲਿਆਂ ਨੂੰ ਪਤਾ ਲੱਗਦਾ ਕਿ ਕੁੜੀ ਨੇ ਜੋ ਨਹੀਂ ਛੱਡਤੀ ਆ, ਜਾਂ ਇਹਨੂੰ ਲੈਟਰ ਆ ਗਈ ਹੈ ਕਿ ਹੁਣ ਇਹਨੂੰ ਇੰਡੀਆ ਵਾਪਸ ਜਾਣਾ ਪੈਣਾ, ਜਾਂ ਇਹ ਕੁੜੀ ਕੱਚੀ ਹੈ, ਤਾਂ ਉਹਨੂੰ ਧਮਕਾ ਕੇ ਉਹ ਤੋਂ ਗਲਤ ਕੰਮ ਕਰਵਾਏ ਜਾਂਦੇ ਆ। ਖਾਸ ਕਰਕੇ ਆਂਟੀਆਂ ਕਰਾਉਂਦੀਆਂ ਦਲ ਪੁਣਾ, ਉਹਨਾਂ ਨੂੰ ਰਾਤਾਂ ਨੂੰ ਭੇਜਦੀਆਂ, ਵਿੱਚੋਂ ਪੈਸੇ ਖਾਂਦੀਆਂ ਨੇ। ਪਹਿਲਾਂ ਫੜੀ ਵੀ ਗਈ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਦਾ, ਕਿੱਡਾ ਤਕੜਾ ਸਕੈਮ ਹੋਇਆ ਸੀਗਾ। ਜੇ ਤੁਹਾਨੂੰ ਨਹੀਂ ਜਾਣਕਾਰੀ ਤਾਜ ਭਾਜੀ ਨੂੰ ਪੁੱਛ ਲਿਓ, ਉਹ ਫੜੀ ਗਈ ਸੀਗੀ। ਤੇ ਉਸ ਤੋਂ ਬਾਅਦ ਹੁਣ ਬਹੁਤ ਆਂਟੀਆਂ ਆ ਗਈਆਂ ਨਵੀਆਂ, ਕੁੜੀਆਂ ਦਾ ਡਰਾ ਧਮਕਾ ਕੇ ਗਲਤ ਪਾਸੇ ਲੈ ਜਾਂਦਾ। ਇੱਕ ਬੱਚਾ ਕੋਰੇ ਕਾਗਜ਼ ਵਰਗਾ, ਜਿਹੜੀ ਪਲੱਸ ਟੂ ਕਰਕੇ ਆਈ, ਉਹ ਨਿਆਣਾ ਹੀ ਹੈ ਬੱਚਾ, ਉਹਨੂੰ ਜਿਹੜੇ ਪਾਸੇ ਮਰਜ਼ੀ ਲਾ ਲਓ। ਫਿਰ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ, ਮੈਂ ਦੱਸਦਾ ਹੁੰਦਾ ਸੀ ਨਾ ਵੀ ਕੁੜੀਆਂ ਭਾਈ ਗਲਤ ਪਾਸੇ ਜਾਣ ਲੱਗ ਗਈਆਂ, ਮਜਬੂਰੀ ਦੀਆਂ ਮਾਰੀਆਂ, ਕੰਮ ਨਹੀਂ ਹੈਗਾ ਜਾਂ ਘਰ ਨਹੀਂ ਹੈਗਾ, ਢਿੱਡ ਤਾਂ ਪਾਲਣਾ ਹੀ ਆ ਅਗਲੇ ਨੇ। ਕਹਿੰਦੇ ਤੂੰ ਸਾਡੀ ਕਮਿਊਨਿਟੀ ਬਦਨਾਮ ਕਰਦਾ ਜੇ ਵੋ, ਤੇ ਹੁਣ ਵੇਖ ਲਓ ਕਿੰਨੀ ਕੁ ਇੱਜ਼ਤ ਹੁੰਦੀ ਪਈ ਹੈ। ਅਸੀਂ ਕਹਿ ਦਿੰਦੇ ਹਾਂ ਹਿੰਦੂ ਸਿੱਖ ਮੁਸਲਿਮ ਸਾਰੇ ਭਰਾ ਭਰਾ ਨੇ, ਪਰ ਜਿਹੜੀ ਧਾਰਮਿਕ ਕੱਟੜਤਾ ਨਾ ਕਿਤੇ ਫਸੀ ਹੈ, ਇੱਕ ਦੂਜੇ ਦੇ ਧਰਮ ਗੈਰ ਧਰਮ ਨਾਲ ਏਦਾਂ ਹੀ ਕੀਤਾ ਜਾਂਦਾ, ਇੱਕ ਧਰਮ ਹੈ ਦੂਜੇ ਧਰਮ ਨਾਲ ਹੇਟ ਕਰਦਾ ਹੀ ਕਰਦਾ। ਮੈਂ ਨਾਂ ਨਹੀਂ ਲਊਂਗਾ ਕਿਸੇ ਵੀ ਧਰਮ ਦਾ, ਪਰ ਨਫ਼ਰਤ ਅੱਜ ਵੀ ਹੈ ਦੂਜੇ ਧਰਮ ਦੀਆਂ ਧੀਆਂ ਭੈਣਾਂ ਨੂੰ, ਧੀ ਭੈਣ ਨਹੀਂ ਸਮਝਦੇ ਉਹਨਾਂ ਨੂੰ, ਗਲਤ ਪਾਸੇ ਲਾਇਆ ਜਾਂਦਾ।